ਐਨੀ ਟਾਈਮ ਯੂ ਬਲਸ਼ਿੰਗ 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 ਆਏ ਨਹੀਂ ਸੀਗਾ ਜਾ ਕੇ ਸੱਟ ਕੇ ਆਣਾ ਅੱਛਾ ਮੈਨੂੰ ਵੀ ਮੂਵੀ ਦਿਖਾ ਲਿਓ ਕਿਹੜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਚਾਹ ਪੀਤੀ ਜਾਵੇ ਨਾਲ ਭੁਜੀਆ ਵੀ ਖਾਧਾ ਜਾਵੇ ਅਤੇ ਮੰਮੀ ਵੀ ਚਾਹ ਪੀ ਰਹੇ ਆ ਠੀਕ ਹੈ ਸਵੇਰ ਦੀ ਅੱਜ ਗੁੱਡ ਮਾਰਨਿੰਗ ਘੈਂਟ ਹੋਈ ਆ ਅੱਜ ਮੀਂਹ ਨਹੀਂ ਸੀਗਾ ਪਰ ਮੌਸਮ ਬੜਾ ਘੈਂਟ ਹੋਇਆ ਪਿਆ ਕਿੰਨੀ ਹੋ ਰਹੀ ਹੈ ਇੱਥੇ ਸਾਰਾ ਦਿਨ ਮੈਨੂੰ ਲੱਗਦਾ ਮੀਂਹ ਪੈਂਦਾ ਰਹਿੰਦਾ ਅਬਲ ਸੋ ਗਿਆ ਨਿਮਲ ਵੀ ਸੋ ਰਿਹਾ ਨਿਮਲ ਲਾਇਆ ਸਵੇਰੇ 5 ਵਜੇ ਇਮੈਜਿਨ ਕਰ ਸਕਦੇ ਤੁਸੀਂ ਅਤੇ ਫਿਰ ਅਸੀਂ ਜਾ ਕੇ ਸੁੱਤੇ ਹਾਂ ਮੈਂ ਅਤੇ ਮੰਮੀ ਜਦ ਆਏ ਬੜੀ ਨੀਂਦ ਖਰਾਬ ਹੋ ਜਾਂਦੀ ਆ ਹੁਣ ਬਸ ਚਾਹ ਪੀ ਲਈ ਆ ਥੋੜ੍ਹਾ ਬਹੁਤ ਕੰਮ ਕਰਨਾ ਕੰਮ ਕਰਕੇ ਫਿਰ ਉਸ ਤੋਂ ਬਾਅਦ ਦੇਖਦੇ ਕੱਪੜੇ ਸਾਂਭਣ ਦੀ ਤਿਆਰੀ ਹੋ ਰਹੀ ਹੈ ਬਈ ਫਿਰ ਨਿਮਲ ਨੂੰ ਤਾਂ ਅੱਜ ਕੱਲ੍ਹ ਨਾ ਮੇਰੇ ਸੂਟ ਹੀ ਨਹੀਂ ਪਸੰਦ ਆਉਂਦੇ ਕਹਿਣ ਕਿ ਖੁੱਲਿਆ 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 ਬੰਦਾ ਹੁਣ ਸੂਟ ਲਿਆਵੇ ਕਿੱਥੋਂ ਇੰਨੇ ਦਿਨ ਭਰ ਦਿਨ ਸੂਟ ਲਿਆਵੇ ਠੀਕ ਹੈ ਰੋਜ਼ ਨਵੇਂ ਨਵੇਂ ਸੂਟ ਕਿੱਥੋਂ ਪਾਈ ਜਾਵੇ ਮੰਮੀ ਕਰ ਰਹੇ ਉੱਧਰ ਮੈਗੀ ਦੀ ਤਿਆਰੀ ਅਤੇ ਆਪਾਂ ਕਰ ਰਹੇ ਇੱਧਰ ਕੱਪੜਿਆਂ ਦੀ ਤਿਆਰੀ ਉੱਠ ਗਏ ਮਹਾਰਾਜ ਹਾਂ ਲੋਟੀਆਂ ਖਾਣ ਲੱਗ ਗਿਆ ਉੱਠਦੇ ਹਾਂ ਸਾਈ ਕੀ ਬੱਬਦਾ ਸੀਗਾ ਆ ਜਾ ਫਿਰ ਚੱਲੀਏ ਚਲੋ ਚੱਲੀਏ ਇਹਨੂੰ ਤਾਂ ਨਾ ਉੱਤੇ ਲੈ ਜਾਓ ਇਹਨੂੰ ਬਾਹਰ ਲੈ ਜਾਓ ਜਿੰਨਾ ਮਰਜ਼ੀ ਐਡਾ ਸ਼ੌਕੀਨ ਹੈ ਨਾ ਬਾਹਰ ਦਾ ਇਹ ਆ ਜਾ ਖੜਾ ਹੋ ਆ ਚੱਲੀਏ ਚਲੋ ਚੱਲੀਏ ਚਲੋ ਚੱਲੀਏ ਚਲੋ ਚਲੋ ਕਰਿਓ ਜੋ ਕਰਿਓ ਜੋ ਕਰਿਓ ਜੋ ਹੁਸੂਰ ਭਰੀ ਬੈਠਾ ਸਾਰਾ ਖੋਤਾ ਪਰਚੇ ਸ਼ੀਟ ਨਿਸ਼ਾਨੀ ਪਈ ਹੈ ਨੀਚੇ ਇਹਦੇ ਕਰਕੇ ਸੁਕਾ ਦਿੰਦਾ ਇਹ ਆ ਗਏ ਛੋਟੇ ਸਰਦਾਰ ਆ ਗਿਆ ਮੈਨੂੰ ਨਿੱਕਾ ਜਿਹਾ ਸਰਦਾਰ ਕੁਛ ਹੁੰਦਾ ਲਓ ਭਾਈ ਇੱਥੇ ਬੇਤੋ ਫਿਰ ਤੁਸੀਂ ਮੰਮਾ ਮੰਨ ਕਰ ਲਵੇ ਮੰਮਾ ਮੰਨ ਕਰ ਲੈ ਅਲਮਾਰੀ ਹੈ ਉੱਥੇ ਤੇਰੇ ਕੱਪੜੇ ਸੈੱਟ ਕਰ ਦੇ ਸੀ ਚਲੋ ਬਈ ਇਹਦੇ ਵੀ ਖਾਣਾ ਪੀਣਾ ਦੇਖੀਏ ਆ ਵਿਚਾਰਾ 3 ਵਾਰ ਡਿੱਗ ਗਿਆ ਪਹਿਲੀ ਵਾਰ ਇਹਨੇ ਡਿੱਗ ਗਿਆ ਦੂਜੀ ਵਾਰ ਮੈਡਮ ਨੇ ਆਪ ਡਿੱਗ ਗਿਆ ਦੱਸ ਆ ਚੈੱਕ ਵੀ ਕਹਿੰਦੇ ਤੀਜੀ ਵਾਰੀ ਕਰ ਪਹਿਲਾਂ ਵੀ ਤੁਸੀਂ ਆਪ ਹੀ ਉਹਦੇ ਉੱਤੇ ਕਰੀ ਜਾਂਦੇ ਹੁਣ ਤੁਸੀਂ ਮੈਂ ਸੀ ਉਹਦੇ ਉੱਤੇ ਕਰੀ ਜਾਂਦੇ ਉਹਦਾ ਲੱਤ ਮਾਰੂਗਾ ਵਿਚਾਰਾ ਆ ਚੱਕ ਮੰਮੀ ਤੀਜੀ ਵਾਰੀ ਕੰਮ ਹੋ ਗਿਆ ਨਹੀਂ ਨਹੀਂ ਥੋੜਾ ਹੀ ਹੈ ਮੈਂ ਸਹੀ ਬੋਲਿਆ ਸੀ ਪਰ 3 ਵਾਰੀ ਉਹ ਹੋਣਾ ਹੀ ਸੀ ਪੂਰਾ 2 ਵਾਰ ਡਿੱਗ ਗਿਆ ਤੀਜੀ ਵਾਰੀ ਆ ਸੀ ਮੁੰਡੇ ਦੇ ਪੈਰ ਫੇਰ ਫੁੱਲ ਹੈ ਕਾਲੀ ਕੋਈ ਕਾਲੀ ਗੁਲੀ ਜਵਾਨ ਕੋਈ ਨਹੀਂ ਹੈਗੀ ਮੇਰੀ ਕਾਲੀ ਜਵਾਨ ਨਾਲੇ ਹੋਰ ਦੱਸ ਕਾਲੀ ਮੈਂ ਇੰਨਾ ਗਰਮ ਕਰਕੇ ਲਿਆ ਸ਼ੁਕਰ ਹੈ ਗਰਮ ਨਹੀਂ ਸੀਗਾ ਬਾਗ ਦੇ ਪੈਰ ਤੇ ਨਹੀਂ ਪਿਆ ਚੱਲ ਹੁਣ ਠੰਡਾ ਜਿਹਾ ਸੀ ਮਾੜਾ ਮੋਟਾ ਜਿਹੇ ਜਿਹਾ ਵੀ ਸੀ ਐਂ ਤਾਂ ਮੈਂ ਮਾਰ ਕੇ ਲਿਆ ਸੀ ਸਾਰੀਆਂ ਚਾਦਰਾਂ ਚੂਦਰਾਂ ਖਰਾਬ ਕਿਧਰੇ ਧਿਆਨ ਕਿੱਥੇ ਹੈ ਕਿੱਥੇ ਹੈ ਧਿਆਨ ਮੇਰਾ ਤਾਂ ਚੱਲ ਮੰਨਦਾ ਨਹੀਂ ਮੇਰਾ ਤਾਂ ਮੰਨਦਾ ਵੀ ਬਲੌਗ 'ਚ ਧਿਆਨ ਹੈ ਐਂ ਕਹਿਣਾ ਸੀ ਮੈਨੇ ਨਹੀਂ ਐ ਕਹਿਣਾ ਸੀ ਮੇਰਾ ਤਾਂ ਮੰਨਦਾ ਵਲੌਗ 'ਚ ਧਿਆਨ ਹੈ ਹਨਾ ਵੀ ਤੇਰਾ ਧਿਆਨ ਕਿੱਥੇ ਹੈ ਲੱਭੂ ਸਿੰਘ
ਲਘੂ ਸਿੰਘ ਮੈਨੂੰ ਐ ਦੱਸ ਬਦਾਮ ਕਿਵੇਂ ਪਏ ਨੇ ਐਂ ਕਿਵੇਂ ਪਏ ਨੇ ਉਹ ਗਲਾਸ ਚੋਂ ਦੁੱਧ ਨਹੀਂ ਚੱਕਿਆ ਸੀਗਾ ਤੇ ਮੈਂ ਨਾ ਬਦਾਮ ਕੱਢ ਕੇ ਰੱਖ ਦਿੱਤੇ ਅੱਛਾ ਤਾਂ ਕਰਕੇ ਇੱਥੇ ਪਏ ਤੇਰੀ ਮੰਮੀ ਨੇ ਪੁੱਤ ਤਿੰਨ ਵਾਰ ਡੋਲਤਾ ਤਿੰਨ ਵਾਰ ਜੀ ਚ ਤੇਰਾ ਹੱਥ ਹੈ ਦੋ ਵਾਰ ਸਮਝਦਾ ਗੱਲ ਤੇਰਾ ਹੱਥ ਦੋ ਵਾਰ ਹੈ ਤੇਰੀ ਮੰਮੀ ਦਾ ਹੱਥ ਇੱਕ ਵਾਰੀ ਹੈ ਜਿਹਨੇ ਸਾਰੀ ਕੋਲੀ ਮੋਦੀ ਮਾਰਤੀ ਸੀ ਤੇਰੇ ਮੰਮਾ ਨੇ ਤੇਰਾ ਹੱਥ ਘੱਟ ਆ ਪੁੱਤ ਮੇਰੇ ਤਾਂ ਜੀ ਕਰਦਾ ਫੜ ਕੇ ਕਤੂਰ ਆ ਜਾ ਇਹੀ ਲੋਟ ਆਉਂਦਾ ਗੱਲੇ ਹਾਂ ਹੁਣ ਇਹਦੇ ਐਂ ਕਰੋ ਨਾ ਲੱਤਾਂ ਥੱਲੇ ਕਰ ਲਓ ਇੱਥੇ ਇਹ ਫੇਰ ਚੱਕ ਲੂ ਕੰਮ ਉਹ ਤਾਂ ਪਹਿਲੀ ਚਾਹੁੰਦਾ ਹੈ ਬੜੀ ਲੱਤ ਰੱਖ ਕੇ ਬਹਿੰਦਾ ਉਹ ਤੂੰ ਗੋਡੇ ਤੇ ਲੱਤ ਰੱਖ ਕੇ ਬਹਿੰਦਾ ਉਹ ਮਿੱਤਰਾ ਲੈ ਲੱਤ ਦੇਖ ਰੱਖੀ ਖਾ ਚੱਲ ਖਾ 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 ਚੱਲ ਖਾ 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 ਬਿਠਾ ਕੇ ਖਵਾਓ ਯਾਰ ਲਵੀ ਇਹਨੂੰ ਯਾਰ ਲਹੂ ਬਹਿ ਕੇ ਖਵਾਓ ਪਹਿਲਾਂ ਬੈਠੋ ਚਲੋ ਫਿਰ ਮੋਟੂ ਪਤਲੂ ਲਾਵਾਂਗੇ ਮੋਟੂ ਪਤਲੂ ਲਾਵਾਂਗੇ ਚਲੋ ਲੈ ਦੱਸ ਇਹ ਕਾ ਨਵਾਂ ਪਾਸਾ ਰੁੜ ਗਿਆ ਮਿੰਟ ਲਾਇਆ ਆ ਪਾਸਾ ਨਵਾਂ ਹੀ ਲੈਣ ਲੱਗ ਗਿਆ ਇਹ ਮਿੱਤਰ ਆ ਕੀ ਕੀਤਾ ਤੂੰ ਮਿੰਟ ਚ ਰੁੜ ਗਿਆ ਆ ਹੁਣ ਠੀਕ ਆ ਹੁਣ ਨਹੀਂ ਪਾਸਾ ਲੈਂਦਾ ਇਹ ਹੁਣ ਨਹੀਂ ਲੈਂਦਾ ਫਸ ਗਏ ਹੁਣ ਫਸ ਗਏ ਥੋੜੀ ਇੱਧਰ ਆਇਆ ਮੋਟੂ ਪਤਲੂ ਲਾ ਕੇ ਦਊਂਗੀ ਨਾ ਇਹਨੂੰ ਮੈਂ ਫਸ ਗਏ ਫਸਾ ਤਾਂ ਹੋਰ ਤਾਂ ਹੀ ਤਾਂ ਅਲਕਤ ਬੰਨੀ ਇਹਨਾਂ ਨੇ ਮੈਨੂੰ ਫਸਾ ਕਾ ਤਾਂ ਆ ਥੋੜਾ ਪਾਇਆ ਲੈ ਵੀ ਕੋਈ ਨਹੀਂ ਮਨਟੂ ਹੈ ਆ ਉਧਰਲਾ ਲਊਗਾ ਪਾਸਾ ਇਧਰਲਾ ਲੈ ਜਾ ਅੰਜੇ ਕਿੰਨਾ ਖਰਾਬ ਹੈ ਇਹ ਕਿੰਨਾ ਖਰਾਬ ਹੈ ਇਹ ਕਿੰਨਾ ਖਰਾਬ ਹੈ ਬੰਦਾ ਕਿਹੜੀ ਕਿਹੜੀ ਚੀਜ਼ ਬਚ ਗਈ ਆ ਖਾ ਲਿਆ ਭਾਈ ਲਾਲਾ ਬਣਾਉਣਾ ਪੈਂਦਾ ਹੁਣ ਦੇਖੀ ਹੁਣ ਹੁਣ ਐਂ ਪੂਰਾ ਥੋੜਾ ਹੋਰ ਸਿੱਧਾ ਕਰ ਲਓ ਵੀ ਥੋੜਾ ਹੋਰ ਸਿੱਧਾ ਕਰੋ ਇਹਨੂੰ ਸਿੱਧਾ ਕਰੋ ਪਹਿਲਾਂ ਆਪਣੇ ਵਾਲਾ ਮਿਰਜ਼ਾ ਮੈਂ ਹੁਣ ਕੀ ਕਰਦਾ ਹੈ ਦੱਸ ਹੁਣ ਮੈਂ ਕੀ ਕਰਦਾ ਹੈ ਗੱਲ ਸਹੀ ਕੀਤੀ ਇਹ ਕਿਹੜਾ ਘੱਟ ਖਰਾਬ ਹੈ ਇਹ ਵੀ ਬਹੁਤ ਖਰਾਬ ਬਣੂ ਅਵਲ ਕੀ ਖਾਏਗਾ ਅਵਲ ਅਵਲ ਕੀ ਖਾਏਗਾ ਦੱਸ ਦੇ ਫਿਰ ਮੈਂ ਲਿਆਉਣਾ ਉਹੀ ਜਾ ਕੇ ਦੱਸ ਕੇ ਖਾਏਗਾ ਬਾਹਰ ਜਾਣਾ ਕਹਿੰਦਾ ਮੈਂ ਹੀ ਚੱਲਾਂਗਾ ਕਹਿੰਦਾ ਬਾਹਰ ਜਾਣਾ ਬਸ ਇਹਨੂੰ ਬਾਹਰ ਤੋਂ ਹੀ ਨਹੀਂ ਫੁਰਸਤ ਹੈਗੀ ਜਿਹੜਾ ਕੁਛ ਹੈਗਾ ਕਹਿੰਦਾ ਮੈਂ ਆਪ ਹੀ ਦੇਖ ਲੂੰਗਾ ਦਿਖਾਇਓ ਇਹਨੂੰ ਦਿਖਾਇਓ ਕਿਵੇਂ ਚੜਿਆ ਪਿਆ ਦੇਖੀ ਇੰਨਾ ਕਿ ਦਿਖਾਇਓ ਕਿਵੇਂ ਚੜਿਆ ਪਿਆ ਉਹ
ਕੂੜਾ ਸੱਟਿਆ ਨਾ ਚੱਲ। ਮੈਂ ਕਹਿੰਦੀ ਆ ਛੱਤ ਤੋਂ ਸਿੱਟ ਦੋ, ਛੱਤ ਤੋਂ ਗਰਾਊਂਡ ਦੀ ਦੇ ਆ, ਠੀਕ ਹੈ, ਛੱਤ ਤੋਂ ਹੀ ਡਾਇਰੈਕਟ ਨੀਚੇ ਸਿੱਟ ਜਾਊਗਾ। ਵਾਹ ਜੀ ਵਾਹ, ਤੇ ਨਾਲ ਦੇ ਜਿਹੜੇ ਗਵਾਂਢੀ ਆ ਕੇ ਉੱਠ ਗਏ, ਉਹ ਵੀ ਆ ਕੀ ਕਰੀਏ ਨੇ ਤੁਸੀਂ, ਫੇਰ ਉਹ ਕੀ ਕਰੂੰਗਾ ਮੈਂ। ਗਵਾਂਢੀ ਦਾ ਘੱਟ ਸਾਹਮਣੇ ਆ, ਗਰਾਊਂਡ ਦੇ ਵਿੱਚ ਕਿਹਾ ਗਰਾਊਂਡ। ਥੱਲੋਂ ਜੇ ਕਿਸੇ ਨੇ ਬਾਲ ਮਾਰ ਲਈ, ਹਾਂ ਵੀ ਪ੍ਰਧਾਨ ਹੈਲੋ, ਆ ਕੀ ਕਰੀਏ ਨਾ, ਫੇਰ ਉਹ ਕੀ ਮੈਂ ਕੀ ਕਰੂੰਗਾ। ਹਾਂ ਕੂੜਾ ਸਿੱਟਦਾ, ਬਹੁਤ ਸੋਹਣੀ, ਬਹੁਤ ਚੰਗੀ ਰਾਇ ਦਿੱਤੀ ਹੈ ਮੈਨੂੰ। ਸਾਰੇ ਦੇਖਣਗੇ ਗੈਲਰੀ ਚ ਬੈਠੇ ਆ, ਆ ਦੇਖ ਮੈਂ ਇੱਥੇ ਬੈਠੂਗਾ, ਗੈਲਰੀ ਵੱਡੀ ਆ। ਜੰਗਾ ਦੇਖ ਲੈ, ਕੱਪੜੇ ਹਿੱਲਦੇ ਨੂੰ ਸੋਹਣੇ ਲੱਗਦੇ ਆ, ਹਵਾ ਚੱਲਦੀ ਆ, ਬੋਟਲਾਂ ਸੁਟਵਾਓ ਮੇਰੇ ਤੋਂ ਯਾਰ, ਪਾਣੀ ਦੇ ਪੀ ਪੀ ਕੇ ਖਤਮ ਕਰਤੀਆਂ ਨੇ। ਸੁੱਟਦਾ ਹੀ ਨਹੀਂ ਪਏਗਾ ਤੁਸੀਂ, ਇੱਥੇ ਦੁਨੀਆ ਜਾਣ ਦਾ ਕਚਰਾ ਪਿਆ, ਤੇ ਰਸੋਈ ਵਾਲਾ ਵੀ ਖਲਾਰਾ ਪਿਆ ਜਿੱਟਿਆ। ਦੇਖ ਲਈ ਟੀਵੀ ਤੇ, ਦੱਸ ਲੈ ਦਿਖਾ ਕੇ ਲੈਣੀ। ਨਾ ਨਾ ਨਾ, ਹੁਣ ਨਹੀਂ ਜਾਂਦੇ ਥੀਏਟਰ ਚ, ਮੂਵੀ ਦਿਖਾ ਲਿਆ ਟੀਵੀ ਤੇ, ਆ ਜਾਓ ਟੀਵੀ ਤੇ ਦੇਖ ਲਈ ਬਸ। ਅਗਲਾ ਕੀ ਕਹੂਗਾ, ਦੇ ਓਏ ਇੰਨੇ ਪੈਸੇ ਬਣ ਗਏ ਤੁਹਾਡੇ ਵਿੱਚ, ਜੇ ਪ੍ਰੀਪੇਡ ਹੋਣ ਕੀ ਪਤਾ, ਦੋ ਤਿੰਨ ਵਿੱਚ ਆਈਫੋਨ ਹੋਣ। ਇਹਨੂੰ ਸਭ ਪਤਾ ਕੀ ਹੋਈ ਜਾਂਦਾ, ਮੌਸਮ ਵੀ ਬੜਾ ਘੈਂਟ ਹੋਇਆ ਪਿਆ। ਪਿਕਨਿਕ ਮਨਾਉਣ ਆਏ ਆ, ਪਿਕਨਿਕ ਵੀ ਸਾਡੇ ਉੱਥੇ ਸਵਾਦ ਬਹੁਤ ਮਿਲਦਾ ਖਾਣਾ, ਉੱਥੇ ਮਤਲਬ ਕਿ ਅਸੀਂ ਖਾ ਸਕਦੇ, ਉੱਥੋਂ ਮੰਗਵਾ ਕੇ ਕੋਈ ਵੀ ਫਾਸਟ ਫੂਡ ਖਾਣਾ ਹੋਵੇ। ਇੱਥੇ ਤਾਂ ਚਾਈ ਚਾਈ ਖਾ ਲੂਗਾ ਮੰਮੀ, ਇੱਥੇ ਹਵਾ ਜੋ ਆਈ ਜਾਂਦੀ ਹੈ ਇਹਨੂੰ, ਇੱਥੇ ਤਾਂ ਸਾਰਾ ਕੁਛ ਖਾ ਲੂਗਾ ਇਹ। ਖਾ ਕੇ ਦੇਖੋ, ਬਹੁਤ ਟੇਸਟੀ ਹੈ, ਕੱਲ੍ਹ ਲੈ ਕੇ ਆਈ ਸੀ ਮੋਲ 'ਚੋਂ। ਹਾਂ ਮੋਲ 'ਚੋਂ ਲੈ ਕੇ ਆਉਂਦਾ, ਬਹੁਤ ਸਵਾਦ ਹੈ, ਪਰ ਮਤਲਬ ਕਿ ਜ਼ਿਆਦਾ ਸਪਾਈਸੀ ਨਹੀਂ ਗਾ, ਜ਼ਿਆਦਾ ਸਪਾਈਸੀ ਨਹੀਂ ਗਾ, ਬਹੁਤ ਟੇਸਟੀ ਆ, ਹਲਕਾ ਜਿਹਾ। ਕਿਹੜੇ ਲੈਣੇ, ਨਮਕੀਨ ਵੀ ਹੈ ਤੇ ਆ ਮਿੱਠੇ ਵੀ ਹੈਗੇ। ਵਾਟਰ ਕੂਲਰ ਤਾਂ ਦੇਖ ਕੇ ਨਹੀਂ ਲਿਆਏ ਗਏ, ਲੈ ਕੇ ਨਹੀਂ ਗਏ ਮੈਨੂੰ ਤਾਂ, ਮੈਨੂੰ ਕਿੱਥੇ ਲੈ ਕੇ ਜਾਣਾ, ਮੈਨੂੰ ਕੋਈ ਦੇਖ ਨਾ ਲਵੇ।
ਕਹਿੰਦੇ ਮੈਂ ਆਪੇ ਲਿਆਉਂਗਾ। ਮੰਮੀ ਪਲਾਸਟਿਕ ਵਾਲੀ ਆਪਾਂ ਦੁਕਾਨ ਦੇਖੀ ਸੀ ਨਾ ਸੱਜੇ ਹੱਥ, ਕਿਤੇ ਪਾਰਕ ਚ ਚੱਲ ਵੜਦੇ ਆ ਨਾ ਯਾਰ, ਮੈਂ ਸੂਟ ਪਾ ਲੈਣੀ ਆ ਸੋਹਣਾ ਜਾ। ਚੱਕ ਲੋ ਬਸ, ਚਾਹ ਚੜਿਆ ਪਿਆ ਇਹਨੂੰ ਤਾਂ, ਬਸ ਹੋਰ ਕੁਛ ਚੱਕ ਲਈ ਤੈਨੂੰ, ਨਾ ਇਹਦੀ ਚੂ ਨਾ ਚਾਹ। ਓਏ ਓਏ ਬਲਾ ਚੱਕ ਲਈਏ ਤੈਨੂੰ, ਨਾ ਜਦੋਂ ਖਵਾਉਂਗੇ ਕੀ। ਚਿੱਟੀ ਟੈਂਕੀ ਵਾਲਾ ਘਰ ਆ ਜਿਹੜਾ, ਇੱਕ ਥੱਲੇ ਟੈਂਕੀ ਪਈ ਨਾ, ਦੋ ਉੱਪਰ ਪਈਆਂ ਬਰਾਬਰ। ਅੱਜ ਇੱਥੇ ਚਿੱਟਾ ਜਿਹਾ ਸਾਈਕਲ ਵਾਲਾ ਮੁੰਡਾ ਨਹੀਂ ਖੜਾ ਹੈਗਾ, ਹਾਂ ਸਾਈਕਲ ਵਾਲਾ ਮੁੰਡਾ ਖੜਾ ਹੈ ਉੱਪਰ, ਦੇਖੋ ਕੁੱਤੇ ਨੇ ਕੱਪੜੇ ਤਾਰਤੇ ਸਾਰੇ। ਬੜੀ ਨਹੀਂ ਬੜੀ ਜਾਂਦੀ ਆ ਉਹ, ਕੁੱਤਾ ਫਿਰਦਾ ਉੱਥੇ ਭੱਜਿਆ ਡੱਬਾ ਚੱਕ ਕੇ ਡਿੱਗ ਗਿਆ। ਸਹੀ ਗੱਲ ਆ, ਚਲੋ ਵੀ ਆਪਾਂ ਤਾਂ ਬੰਦ ਹੀ ਕਰਤਾ ਇਹਨੂੰ। ਇਹ ਹੁਣ ਕਹਿੰਦਾ ਮੈਨੂੰ ਬਾਹਰ ਲਿਜਾ ਕੇ ਮੈਨੂੰ ਕੁਛ ਨਾ ਕੁਛ ਖਵਾਓ, ਇੱਥੇ ਖਾਣਾ। ਹਿਲਦਾ ਪਿਆ ਇਹ, ਏਸੀ ਨੀ ਛੱਡਿਆ ਮੈਂ ਇੰਨੇ ਚਿਰ ਦਾ, ਰੋਟੀ ਖਾ ਕੇ ਆਏ ਹੋਗੇ ਬਣਾ ਕੇ, ਤਾਂ ਖਾ ਜਾਣੀ ਸੀ ਰੋਟੀ ਵੀ, ਕੋਈ ਪਾਮੀ ਹੈ ਨੀ ਸੀ ਕਿ ਮੇਰੀ ਹੁਣ ਛਾਈਆਂ ਗਿੰਨੀਆਂ ਹੋਈਆਂ ਪਈਆਂ ਪਾਮੀਆਂ ਮੇਰੀ ਛੁੱਚੂ ਕਾ ਕਾ ਕੇ, ਹੁਣ ਮੈਂ ਮੰਮਾ ਨੇ ਦੈਪਰ ਪਾ ਤਾ, ਕੋਈ ਪਜਾਮੀ ਤਾਂ ਸੁੱਕੀ ਰਵੇ ਹੁਣ, ਸਿਰ ਕੀ ਪਾਊਗਾ ਮੇਰਾ ਪੁੱਤ ਫਿਰ। ਮੈਨੂੰ ਕਿਹਾ ਤੁਸੀਂ, ਤੈਨੂੰ ਨਹੀਂ ਨਹੀਂ ਮੈਨੂੰ ਕਿਹਾ ਤੁਸੀਂ, ਤੈਨੂੰ ਮੈਂ ਘੁਮਾ ਕੇ ਲਿਆਉਣਾ, ਮੈਨੂੰ ਘੁਮਾ ਕੇ ਲਿਆਏ ਤੁਸੀਂ, ਮੈਂ ਤੈਨੂੰ ਕਿਹਾ ਸੀ ਮੈਨੂੰ ਚੰਡੀਗੜ੍ਹ ਕਾਰਨੀਵਲ 'ਚ ਲੈ ਜਾਓ, ਲੈ ਕੇ ਗਏ ਤੁਸੀਂ ਮੈਨੂੰ, ਤੁਸੀਂ ਲੈ ਕੇ ਨਹੀਂ ਜਾਂਦੇ ਉਦੋਂ, ਤੁਸੀਂ ਭੱਗ ਜਾਂਦੇ ਹੋ, ਝੂਠ ਬੋਲਦੇ ਹੋ ਮੈਨੂੰ, ਤੁਸੀਂ ਆਏ ਭਰੀ ਪੁੱਤ ਪਾਪਾ ਆਪ ਹੀ ਭੱਗ ਜਾਂਦੇ, ਆਪਾਂ ਨੇ ਕੀ ਨਹੀਂ ਜਾਂਦੇ ਗੇ, ਇੱਥੇ ਕੰਮ ਵੀ ਹੈ ਨੀਗਾ। ਪੈ ਜਾਓਗੇ, ਜੇ ਰਾਤ ਨੂੰ 12 ਵਜੇ ਉਮਸ ਹੋ ਗਈ ਤਾਂ ਅੰਦਰ ਨਾ ਵੜਿਆ, ਸਾਡੇ ਕੁੰਡਾ ਲੱਗਿਆ ਹੋਗਾ ਨਾ ਸਾਨੂੰ ਸੁਣਨਾ, ਫਿਰ ਕੀ ਫਾਇਦਾ ਪ੍ਰੀਤੀ ਸੋਜੀ। ਇਹ ਗੱਲ ਕਰ, ਇਹ ਜਮੀ ਗਲਤ ਗੱਲ ਦੇਖ, ਤੂੰ ਕੀ ਕਰਦਾ,
ਤੂੰ ਕੀ ਖਾਦਾ ਓਏ? ਦੇਖੋ ਬਈ ਨੱਟ ਗਿਆ ਮੁੱਕ, ਮੰਮੀ ਦਾ ਮੰਮੀ ਦਾ ਹੀ ਐਲਈਡੀ ਨੂੰ ਲਾ ਰੱਖਿਆ ਨੱਟ। ਕਰਦੇ ਆ ਵਾਈਫਾਈ ਵਾਲੇ ਨਾਲ ਗੱਲ, ਕਰੋਗੇ ਕਿ? ਸੱਚੀ ਦੱਸੋ, ਵਾਈਫਾਈ ਲਵਾ ਦੋ ਯਾਰ, ਪਤਾ ਕਿਉਂ ਮੈਨੂੰ ਨੈਟ ਦੀ ਬਹੁਤ ਦਿੱਕਤ ਆ ਰਹੀ ਹੈ ਮੈਨੂੰ ਤਾਂ, ਖਾਸ ਕਰਕੇ ਸਵੇਰੇ। ਕਰਦੇ ਆ ਆਪਾਂ ਗੱਲ ਤੇ ਸਵੇਰੇ ਆਪਾਂ ਵਾਈਫਾਈ ਫਿਕਸ ਕਰਾ ਦੇਣਾ। ਦੱਸ ਗੱਲ ਕੀ ਏ? ਕਰਾਉਂਗੇ, ਸੱਚੀ ਕਰਾਉਂਗੇ ਕਿ? ਗੱਲ ਕੀ ਏ? ਗੱਲ ਪੁੱਛਿਆ ਸੀ ਕਿ ਤੁਸੀਂ ਕਿਸੇ ਨੂੰ? ਕਰਾਵਾਂਗੇ, ਉਹ ਪਿੱਛੇ ਡਿੱਗੇ ਜਾ ਕੇ ਕੋਈ ਚੈੱਕ ਕਰਨੀ ਕਰਾ ਦਾਂਗੇ। ਤੋੜਤੀ ਕਾਕੇ ਦੀ, ਕੱਲ ਦਾ ਅੰਬ ਲਿੱਤਾ ਵਿਆ ਇਹਨੇ, ਸੜ ਗਿਆ ਅੰਬ ਤਾਂ ਜੋ ਸੜਿਆ ਪਿਆ। ਮੈਂ ਕਿਹਾ ਫਿਸ਼ ਬਣ ਕੇ ਦਿਖਾਏ, ਫਿਸ਼ ਬਣ ਕੇ ਦਿਖਾਵੇ, ਖਿਸਕ ਕੇ ਦਿਖਾਵੇ, ਉਹਨੂੰ ਐਟਮਾਂ ਦਿਖਾਵੇ ਨਵੀਆਂ ਨਵੀਆਂ ਆਪਦੀਆਂ, ਵੀ ਮੈਂ ਸਿੱਖ ਗਿਆ। ਤੈਨੂੰ ਮੈਂ ਦਿੱਤਾ ਸਾਰੇ ਕੰਡੇ, ਤੂੰ ਮਿੱਤੇ ਆ ਸ਼ਕਲ ਹੀ ਹੈ, ਲੱਛਣ ਤਾਂ ਮਿੱਟੇ ਹੀ ਹੈ। ਗੁੱਡ ਨਾਈਟ ਜੀ ਸਾਰਿਆਂ ਨੂੰ, ਅਵਲ ਵੱਲੋਂ ਅਵਲ ਗੁੱਡ ਨਾਈਟ ਕਰਦੇ ਬੇਟਾ। ਹਾਏ ਇਹ ਚੀਜ਼ਾਂ ਕਿੱਧਰ ਗਈਆਂ ਇਹਦੀਆਂ? ਉਹ ਆਈਆਂ ਪੱਪੂ ਵਾਲਾ ਚੱਕ ਪਈ ਸਵਾਜਾ ਦੀ ਨਾਮ ਅਵਲ ਬੇਟੇ। ਉਹ ਚਲ ਆ ਜਾ, ਆਪਾਂ ਗੁੱਡ ਨਾਈਟ ਕਰੀਏ, ਆ ਜਾ ਆਪਾਂ ਗੁੱਡ ਨਾਈਟ ਕਰੀਏ ਮੇਰੇ ਪੁੱਤ ਨੂੰ, ਗੁੱਡ ਨਾਈਟ ਕਰੀਏ ਅਸੀਂ। ਛਾ ਬਾਹਾਂ ਤੋਤੀਆਂ ਸਾਰਿਆਂ ਦੀਆਂ, ਆ ਇਹਦੀ ਬਾਹ ਕਿੱਥੇ ਆ? ਆ ਜਾ ਮੇਰੇ, ਇਹਦੀ ਬਾਹ ਇਹ ਅਸੀਂ। ਗੁੱਡ ਨਾਈਟ ਜੀ ਸਾਰਿਆਂ ਨੂੰ, ਗੁੱਡ ਨਾਈਟ ਕੇ, ਗੁੱਡ ਨਾਈਟ ਸਾਰਿਆਂ ਨੂੰ, ਮਿਲਦੇ ਆ ਤੁਹਾਨੂੰ ਆਪਾਂ ਸਵੇਰੇ। ਵਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ, ਇੱਧਰ ਜਰੂਰ ਗੱਲ ਸੁਣ ਕੇ ਕਰਿਓ, ਠੀਕ ਹੈ? ਸਾਡੀ ਗੱਲ ਸੁਣ ਕੇ ਨਾ ਕਰਿਓ, ਇੱਧਰ ਗੱਲ ਸੁਣ ਕੇ ਤਾਂ ਜਰੂਰ ਕਰਿਓ। ਚਲੋ ਠੀਕ ਹੈ, ਠੀਕ ਹੈ, ਓਕੇ, ਥੈਂਕ ਯੂ ਸੋ ਮਚ ਫੋਰ ਦਿਸ।